ਇਹ ਸਰ ਅੱਜ ਫਲੈਗ ਮਾਰਚ ਕਿਸ ਰਿਲੇਟਡ ਕੱਢਿਆ ਜਾ ਰਿਹਾ ਜੀ? ਸਰ ਫਲੈਗ ਮਾਰਚ 15 ਅਗਸਤ ਨੂੰ ਮੱਦੇਨਜ਼ਰ ਰੱਖਦੇ ਹੋਏ ਉਹਦੇ ਸੰਬੰਧ 'ਚ ਫਲੈਗ ਮਾਰਚ ਕੱਢਿਆ। ਅੱਛਾ, ਇਹ ਸਰ ਕੀ ਰੂਟ ਪਲੈਨ ਕੀ ਇਹਦਾ? ਸਾਡੇ ਰੂਟ ਪਲੈਨ ਇਹ ਹੈ ਵੀ ਇੱਥੋਂ ਵੀ ਆਈ ਪੀ ਰੋਡ ਤੋਂ ਹਾਈ ਗਰਾਊਂਡ ਪ੍ਰਭਾਤ ਤੋਂ ਬਾਅਦ ਆਉਂਦੇ ਹੋਏ ਬਲਟਾਣਾ। ਅੱਛਾ, ਭੌਲੀ ਸਾਰੇ ਜ਼ੀਰਕਪੁਰ ਦੇ ਵਿੱਚ ਸਾਰਾ। ਸਰ ਦੇਖਿਆ ਗਿਆ ਜਿੱਦਾਂ ਕੁਛ ਸਮੇਂ ਪਹਿਲਾਂ ਕੁਛ ਇੱਥੇ ਗੈਂਗਸਟਰ ਜੇ ਫੜੇ ਗਏ ਸੀ, ਜਾਂ ਲੋਕਾਂ ਦੇ ਮਨ 'ਚ ਕੋਈ ਕਿਤੇ ਲੱਗਦਾ ਖੌਫ ਹੈਗਾ ਕੁਛ ਇਸ ਸਮੇਂ? ਨਹੀਂ, ਉਹਦੇ ਜਿਹੜੇ ਗੈਂਗਸਟਰ ਫੜੇ ਗਏ ਸੀ ਉਹਦੇ ਨਾਲ ਤਾਂ ਸਗੋਂ ਲੋਕਾਂ ਦੇ ਮਨ ਦੇ ਵਿੱਚ ਹੁਣ ਥੋੜ੍ਹਾ ਜਿਹਾ ਗੁੱਸਾ ਆਇਆ ਜੀ, ਲੋਕ ਵੀ ਕਰਦੇ ਆਪਦੇ ਨੂੰ ਫੀਲ ਹੁੰਦੇ ਆ। ਅਤੇ ਉਸੇ ਮੱਦੇਨਜ਼ਰ ਰੱਖਦੇ ਹੋਏ ਅਸੀਂ ਅੱਜ ਆ ਫੋਰਸ BSF ਸਾਹਿਬ ਨਾਲ, ਡਿਪਟੀ ਸਾਹਿਬ ਵੀ ਹੈ BSF ਦੇ, ਉਸੇ ਨੂੰ ਤਾਂ ਹੀ ਫਲੈਗ ਮਾਰਚ ਕਰ ਰਹੇ ਹਾਂ ਜ਼ਿਆਦਾ ਡੋਮੀਨੇਟ ਕੀਤਾ ਜਾ ਸਕੇ। 15 ਅਗਸਤ ਸੰਬੰਧੀ ਕੀ ਤਿਆਰੀਆਂ ਹੈਗੀਆਂ ਸਰ ਆਪਣੇ ਪੁਲਿਸ ਦੀਆਂ? 15 ਅਗਸਤ ਦੇ ਸੰਬੰਧ ਦੇ ਵਿੱਚ ਅਸੀਂ ਨਾਕਾਬੰਦੀ ਸਵੇਰੇ 14 ਨਾਕਾਬੰਦੀ, ਹਰ ਟਾਈਮ ਸਾਡੇ ਫੋਰਸ ਬਾਹਰ ਅਵੇਲੇਬਲ ਹੈ। ਸਾਰੇ ਹੁਣ ਅਲੱਗ ਅਲੱਗ ਸ਼ਿਫਟਿੰਗ ਨਾਕਾਜ਼ ਲੱਗਦੇ ਨੇ, ਸ਼ਿਫਟਿੰਗ ਪੁਸਤਾਂ ਦੀ ਚੈਕਿੰਗ ਹੁੰਦੀ ਹੈ, ਹੋਟਲਾਂ ਦੀ ਚੈਕਿੰਗ, ਸਾਵਾਂ ਦੀ ਚੈਕਿੰਗ, ਸਭ ਕੁਝ ਚੱਲ। ਸਰ ਜਿੱਦਾਂ ਆਪਾਂ ਦੇਖਿਆ ਸੁਸਾਇਟੀਆਂ ਵਗੈਰਾ ਚੈਕਿੰਗ ਹੁੰਦੀ, ਉਹ ਚੱਲਦੀ ਰਹੇਗੀ ਕਿੱਦਾਂ? ਉਹ ਚੱਲਦੀ ਰਹੇਗੀ। ਉਹ ਅਸੀਂ ਕਿੰਨੀ ਕੁ ਸਫਲਤਾ ਮਿਲਦੀ ਹੈ ਆਪਾਂ ਨੂੰ? ਉਹ 'ਚ ਬਹੁਤ ਸਫਲਤਾ ਮਿਲਦੀ ਹੈ। ਹੁਣ ਕੁਛ ਆਪਣੇ ਪ੍ਰੈਸ ਵਾਲੇ ਵੀਰ ਨੇ ਦੱਸਿਆ ਸੀਗਾ ਵੀ ਕੋਈ ਮੋਗੇ ਜਾਂ ਜਿਹੜੇ ਉੱਧਰਲੇ ਬਾਹਰਲੇ ਲੋਕ ਆਉਂਦੇ ਆ ਜਿਨ੍ਹਾਂ ਦੇ ਇੱਥੇ ਆ ਕੇ ਰੋਕਦੇ ਸੀ ਫਲੈਟ ਲੈ ਕੇ, ਹੁਣ ਉਹ ਖਾਲੀ ਕਰਕੇ ਵਾਪਸ ਜਾਣ ਲੱਗ ਭੱਜਣ ਲੱਗ ਗਏ ਲੋਕ ਹੈ ਜਿਹੜੇ ਮਾੜੇ ਅੰਸਰ ਸੀ ਇੱਥੋਂ ਭੱਜਣ ਲੱਗ ਗਏ।